ਸੈਗਮੈਂਟ ਦੇ ਵਿੱਚ ਵੱਖ ਵੱਖ ਟੌਪਿਕਸ ਦੇ ਬਾਰੇ ਵਿਚਾਰ ਚਰਚਾ ਕਰਨ ਲਈ ਸਾਡੇ ਨਾਲ ਸਟੂਡੀਓ ਵਿੱਚ ਬਿਰਾਜਮਾਨ ਨੇ ਸੀਤਲ ਨਨੂਆ ਜੀ, ਸਵਾਗਤ ਹੈ ਸਰ। ਥੈਂਕ ਯੂ ਜੀ। ਜੀ ਹਾਂ, ਗੱਲ ਕਰਦੇ ਹਾਂ ਅਲਬਰਟਾ ਦੀ ਫੇਅਰ ਡੀਲ ਦੀ। ਅਸਲ ਵਿੱਚ ਜੋ ਅਲਬਰਟਾ ਦੀ UCP ਸਰਕਾਰ ਹੈ, ਫੇਅਰ ਡੀਲ ਨੂੰ ਲੈ ਕੇ ਇਹ ਸਰਕਾਰ ਦਾਅਵੇ ਕਰ ਰਹੀ ਹੈ ਇਹ ਅਲਬਰਟਨ ਦੇ ਹਿੱਤਾਂ 'ਚ ਹੈ, ਪਰ ਦੂਜੇ ਪਾਸੇ ਵਿਰੋਧੀ ਧਿਰ ਅਤੇ ਕਈ ਹੋਰਨਾਂ ਦੇ ਵੱਲੋਂ ਇਸ ਦੀ ਤਿੱਖੀ ਆਲੋਚਨਾ ਕੀਤੀ ਜਾ ਰਹੀ ਹੈ। ਖਾਸ ਕਰਕੇ ਅੱਜ ਜੋ ਬਿਆਨ ਆਇਆ ਹੈ ਕੈਲਗਰੀ ਦੇ ਮੇਅਰ ਨਾਹੀਤ ਨੈਂਸ਼ੀ ਵੱਲੋਂ, ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਅਲਬਰਟਾ ਫੇਅਰ ਡੀਲ ਹੈ ਇਹ ਕੈਲਗਰੀ ਦੇ ਲੋਕਾਂ ਨੂੰ ਹਰਟ ਕਰ ਸਕਦੀ ਹੈ। ਜੀ ਨਨੂਆ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਅਲਬਰਟਾ ਫੇਅਰ ਡੀਲ ਹੈ ਕੀ ਹੈ? ਇਹ ਜੀ ਆਪਣੀ ਪ੍ਰੋਵਿੰਸ਼ੀਅਲ ਗੌਰਮੈਂਟ ਜਿਹੜੀ ਹੈਗੀ ਹੈ, ਇਹਨਾਂ ਨੇ ਇੱਕ ਪੈਨਲ ਜਿਹੜਾ ਸੈਟਅਪ ਕੀਤਾ ਸੀ ਨਵੰਬਰ ਦਾ, ਅਤੇ ਨਵੰਬਰ ਦੇ ਵਿੱਚ 9 ਨੂੰ ਉਹਨਾਂ ਨੇ ਉਹਦਾ ਆਪਣਾ ਕੰਮ ਸ਼ੁਰੂ ਕੀਤਾ। ਅਤੇ ਉਹਦੇ 'ਚ ਕੀ ਹੈਗਾ ਰੱਖਿਆ, ਇਹਨਾਂ ਨੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਜਾ ਕੇ ਇਹ ਉੱਥੋਂ ਜਾ ਕੇ ਇਨਪੁੱਟ ਲੈਣੀ ਹੈ ਲਈ ਹੈ ਇਹਨਾਂ ਨੇ। ਅਤੇ ਜਿਸ ਤਰ੍ਹਾਂ ਕਿ ਅੱਜ ਜਿਹੜੀ ਹੈਗੀ ਆ ਲਾਸਟ ਮੀਟਿੰਗ ਸੀ ਉਹਦੀ ਮੈਡੀਸਨ ਹੈਡ ਦੇ ਵਿੱਚ ਜੀ, ਅਤੇ ਉਹਦੇ ਵਿੱਚ ਇਹ ਫੇਅਰ ਡੀਲ ਜਿਹੜੀ ਆ ਕਹਿ ਕੀ ਰਹੇ ਆ, ਇਹ ਕਹਿੰਦੇ ਆ ਵੀ ਜਿਹੜਾ ਆਪਣਾ ਅਲਬਰਟਾ ਆ ਇਹਨਾਂ ਦਾ ਆਪਣਾ ਕੰਸਟੀਟਿਊਸ਼ਨ ਹੋਣਾ ਚਾਹੀਦਾ। ਇਹਦੇ ਵਿੱਚ ਜਿਹੜੀ ਆ CPP ਜਿੱਦਾਂ ਆਪਣਾ ਕੈਨੇਡਾ ਪੈਨਸ਼ਨ ਪਲਾਨ ਹੈ, ਇਸ ਤਰ੍ਹਾਂ ਇਹ ਕਹਿੰਦੇ ਇੱਥੇ ਅਲਬਰਟਾ ਪੈਨਸ਼ਨ ਪਲਾਨ ਹੋਣੀ ਚਾਹੀਦੀ ਆ। ਇਸੇ ਤਰ੍ਹਾਂ ਜਿੱਦਾਂ ਇਸ ਵੇਲੇ ਉਹ RCMP ਹੈਗੀ ਆ ਆਪਣੇ ਸਾਰੇ ਪ੍ਰੋਵਿੰਸ ਨੂੰ ਕਵਰ ਕਰਦੀ ਆ, ਉਹ ਕਹਿੰਦੇ ਨਹੀਂ ਇੱਥੇ ਅਲਬਰਟਾ ਪੁਲਿਸ ਹੋਣੀ ਚਾਹੀਦੀ ਆ। ਅਤੇ ਇਹ ਤੋਂ ਬਿਨਾਂ ਆਪਣਾ ਆਰਮ ਦੂਜੇ ਜਿਹੜੇ ਹੈਗੇ ਲਾਇਸੈਂਸ ਜਿਹੜੇ ਦਿੱਤੇ ਜਾਂਦੇ ਆ, ਅਤੇ ਇਹਦਾ ਵੀ ਆਪਣਾ ਹੀ ਇਹ ਸੁਪਰਡੈਂਟ ਹੋਣਾ ਚਾਹੀਦਾ। ਅਤੇ ਉਹ ਤੋਂ ਬਿਨਾਂ ਜਿਹੜੇ ਹੈਗੇ ਇਹੋ ਜਿਹੀਆਂ ਉਹਨਾਂ ਨੇ ਸਾਰੀਆਂ ਇਹ ਜਿਹੜੀਆਂ ਉਹਦੇ ਵਿੱਚ ਉਹ ਡਿਮਾਂਡ ਰੱਖੀਆਂ ਆ। ਅਤੇ ਨਾਲ ਉਹ ਜਿਹੜੇ ਹੈਗੇ ਆ ਇੱਕ ਇਹ ਨਾਲ ਕੀਤਾ ਆ ਕਿ ਜਿੰਨੇ ਵੀ ਕੋਈ ਸ਼ਹਿਰ ਜਿਹੜੇ ਹੈਗੇ ਆਪਣੇ ਵੱਡੇ ਹੋਣ ਛੋਟੇ ਹੋਣ, ਫੈਡਰਲ ਗੌਰਮੈਂਟ ਤੋਂ ਨਾਲ ਜਿਹੜੀ ਕੋਈ ਵੀ ਦੂਜੀ ਕਰਨੀ ਆ ਆਪਾਂ ਡੀਲ ਕਰਨੀ ਆ ਉਹ ਥਰੂ ਪ੍ਰੋਵਿੰਸ ਹੀ ਹੋ ਸਕਦੀ ਆ। ਅਤੇ ਉਹਦੇ ਵਿੱਚ ਜਿਹੜੇ ਹੈਗੇ ਆ ਇਹ ਨਾਹੀਦ ਮੈਂਸ਼ੀ ਨੈਂਸ਼ੀ ਸਾਹਿਬ ਕਹਿੰਦੇ ਆ, ਇਹਨਾਂ ਨੇ ਕੱਲ੍ਹ ਉਹ ਉੱਥੇ ਕੈਲਗਰੀ ਦੇ ਵਿੱਚ ਉਹ ਮੀਟਿੰਗ ਹੋਈ ਸੀਗੀ, ਉਸ ਮੀਟਿੰਗ ਦੇ ਵਿੱਚ ਇਹ ਜਿਹੜਾ ਇਸ਼ੂ ਸੀਗਾ ਬੜਾ ਚੰਗੀ ਤਰ੍ਹਾਂ ਉਹਨਾਂ ਨੇ ਇਹ ਡਿਸਕਸ ਕੀਤਾ। ਅਤੇ ਉਹਦੇ ਵਿੱਚ ਜਿਹੜਾ ਹੈਗਾ ਉਹ ਕਹਿੰਦੇ ਆ ਵੀ ਜਿਹੜੀ ਜਿੰਨੇ ਵੀ ਇਹ ਆਪਣੇ ਵੱਡੇ ਸ਼ਹਿਰ ਹੈਗੇ ਦੋ ਹੀ ਆ, ਇੱਕ ਇਹ ਕੈਲਗਰੀ ਅਤੇ ਇੱਕ ਇਹ ਐਡਮੰਟਨ, ਵੀ ਇਹਨਾਂ ਵਾਸਤੇ ਇਹ ਫੇਅਰ ਡੀਲ ਜਿਹੜੀ ਹੈਗੀ ਆ ਇਹਨਾਂ ਨੂੰ ਆਪਣਾ ਇਹ ਹੱਕ ਹੋਣਾ ਚਾਹੀਦਾ ਆ। ਇਹਨਾਂ ਦੀ ਕੰਸਲਟੇਸ਼ਨ ਤੋਂ ਬਿਨਾਂ ਤੁਸੀਂ ਜਿਹੜੀ ਹੈਗੀ ਆ ਪ੍ਰੋਵਿੰਸ ਜਿਹੜੀ ਕੋਈ ਵੀ ਗੱਲ ਨਾ ਕਰੇ ਆਪਣੀ ਫੈਡਰਲ ਦੂਜੇ ਦੀ ਜਿਹੜੀ ਕੋਈ ਗੱਲ ਹੋਣੀ ਆ। ਅਤੇ ਉਹ ਦੂਜੀ ਹੈਗੀ ਗੱਲ ਜਿਹੜੀ ਹੈਗੀ ਆ ਆਪਣਾ ਫੈਡਰਲ ਗੌਰਮੈਂਟ ਤੋਂ ਕੋਈ ਗ੍ਰਾਂਟ ਲੈਣੀ ਆ ਜਾਂ ਜਿਹੜਾ ਕੋਈ ਉਹ ਮਨੀ ਉਹਨਾਂ ਤੋਂ ਲੈਣਾ ਹੈਗਾ, ਅਤੇ ਉਹ ਕਹਿੰਦੇ ਆ ਵੀ ਇਹ ਜਿਹੜੀ ਹੈਗੀ ਆ ਤੁਸੀਂ ਇਹ ਨਹੀਂ ਹੈਗਾ ਸਾਨੂੰ ਪਹਿਲਾਂ ਤੁਹਾਡੇ ਕੋਲੋਂ ਅਪਰੂਵਲ ਲੈਣੀ ਪਵੇ ਅਤੇ ਫਿਰ ਜਾ ਕੇ ਅਸੀਂ ਫੈਡਰਲ ਗੌਰਮੈਂਟ ਤੋਂ ਉਹ ਪੈਸੇ ਲਈਏ, ਵੀ ਇਹਦੇ ਨਾਲ ਜਿਹੜਾ ਹੈਗਾ ਆ ਮਿਲੀਅਨਸ ਆਫ ਡਾਲਰਸ ਜਿਹੜੇ ਹੈਗੇ ਆ ਉਹ ਸਾਨੂੰ ਨਹੀਂ ਉਹ ਮਿਲਣੇ, ਨਹੀਂ ਤਾਂ ਜੇ ਅਸੀਂ ਤੁਹਾਡੇ ਥਰੂ ਜਾਂਦੇ ਰਹੇ ਅਤੇ ਉਹ ਜਿਹੜੀ ਹੈਗੀ ਆ ਤੁਹਾਡੇ ਥਰੂ ਉਹ ਜਿਹੜੀ ਕੋਈ ਨਾ ਕੋਈ ਦੂਜਾ ਅੜਿੱਕਾ ਪੈ ਜਾਏਗਾ ਅਤੇ ਉਹ ਸਾਨੂੰ ਉਹ ਪੈਸੇ ਉਹ ਨਹੀਂ ਮਿਲਣੇ। ਸੋ ਮੁੱਖ ਦੀ ਗੱਲ ਤਾਂ ਇਹ ਹੈ ਜੋ ਨਹੀਦ ਨੈਂਸ਼ੀ ਨੇ ਜਿਸ ਤਰ੍ਹਾਂ ਬਿਆਨ ਦਿੱਤਾ ਹੈ, ਅਤੇ ਇੱਕ ਕਹਾਵਤ ਹੈ ਨਾ ਪੰਜਾਬੀ 'ਚ ਆਂਡੇ ਕਿਤੇ ਅਤੇ ਕੁੜਕੁੜ ਕਿਤੇ ਜੀ। ਸੋ ਗ੍ਰਾਂਟ ਆਫਟਰ ਆਲ ਫਿਰ ਇਹਨਾਂ ਨੂੰ ਜੋ ਫੈਡਰਲ ਸਰਕਾਰ ਤੋਂ ਲੈਣੀ ਪੈਣੀ ਹੈ ਜੀ। ਉਹ ਜਿਹੜੀ ਇਸ ਵੇਲੇ ਵੀ ਉਹ ਜਿਹੜੀ ਕੋਈ ਵੀ ਆਪਾਂ ਵੱਡਾ ਪ੍ਰੋਜੈਕਟ ਹੁੰਦਾ ਜਿਸ ਤਰ੍ਹਾਂ ਆਪਣੇ ਇੱਥੇ ਆ 50 ਸਟਰੀਟ ਦੇ ਉੱਤੇ ਉਹ ਬ੍ਰਿਜ ਦੇ ਦੂਜਾ ਬਣਨਾ ਅਤੇ ਉਹਦੀ ਰੇਲਵੇ ਕਰੋਸਿੰਗ ਦਾ ਜਿਹੜਾ ਹੈ ਉਹਦੇ ਵਿੱਚ ਵੀ ਉਹ ਫੈਡਰਲ ਦਾ ਮਨੀ ਆ। ਜਿਸ ਤਰ੍ਹਾਂ ਆਪਣੀ ਉਹ ਯੈਲੋ ਹੈਡ ਹਾਈਵੇ ਦਾ ਜਿਹੜਾ ਬਣਨਾ ਸ਼ਹਿਰ ਦੇ ਵਿੱਚ ਉਹਦੇ ਵਿੱਚ ਵੀ ਉਹ ਫੈਡਰਲ ਮਨੀ ਆ। ਅਤੇ ਹੋਰ ਵੀ ਜਿਹੜੇ ਵੱਡੇ ਆਪਣੇ ਜਿਸ ਤਰ੍ਹਾਂ LRT ਹੈਗੀ ਬਣ ਰਹੀ ਅਤੇ ਇਹਦੇ ਵਿੱਚ ਵੀ ਇਹ ਫੈਡਰਲ ਗੌਰਮੈਂਟ ਦਾ ਮਨੀ ਆ। ਦੂਜੇ ਪਾਸੇ ਜਿਸ ਤਰ੍ਹਾਂ ਆਪਾਂ ਪੁਲਿਸ ਦੀ ਗੱਲ ਕਰੀਏ ਜੀ, ਪੁਲਿਸ ਦੇ ਮਾਮਲੇ ਨੂੰ ਲੈ RCMP ਦੇ ਮਾਮਲੇ ਨੂੰ ਲੈ ਕੇ ਜਿਸ ਤਰ੍ਹਾਂ ਕੈਨੀ ਉਨੀ ਵਾਰ ਵਾਰ ਇਹ ਕਹਿ ਰਹੇ ਨੇ ਕਿ ਰੂਰਲ ਏਰੀਏ ਦੇ ਵਿੱਚ ਕ੍ਰਾਈਮ ਨੂੰ ਕਾਬੂ ਨਹੀਂ ਕਰ ਪਾ ਰਹੀ RCMP, ਉਹਨਾਂ ਦਾ ਤਰਕ ਹੈ ਕਿ ਅਲਬਰਟਾ ਦੀ ਆਪਣੀ ਪੁਲਿਸ ਹੋਵੇ ਤਾਂ ਇਹ ਹੋਰ ਹਿੱਸੇ ਹੋਰ ਚੰਗੀ ਤਰ੍ਹਾਂ ਕੰਟਰੋਲ ਕੀਤਾ ਜਾ ਸਕਦਾ, ਇਸ ਬਾਰੇ ਕੀ ਕਹਿਣਾ? ਜੇ ਇਹ ਇਸ ਤਰ੍ਹਾਂ ਦੀ ਗੱਲ ਕਰਦੇ ਹੈਗੇ ਆ, ਇਸ ਵੇਲੇ ਤਾਂ ਜੋ ਮੈਨੂੰ ਨਜ਼ਰ ਆਉਂਦਾ ਵੀ ਜਿਹੜਾ ਹੈਗਾ ਜਿਹੜਾ ਇਹ ਪੈਨਲ ਬਣਾਇਆ ਆ ਉਹ ਸਿਰਫ ਜਿਹੜਾ ਹੈਗਾ ਇਹਨਾਂ ਨੇ ਇੰਨੀਆਂ ਉਹ ਲੇ ਆਫ ਕਰਨੀਆਂ ਸੀ, ਇੰਨੀਆਂ ਕੱਟ ਡਾਊਨ ਕਰਨੀ ਸੀਗੀ, ਅਤੇ ਇਹਦੇ 'ਚ ਕਹਿੰਦੇ ਸੀਗੇ ਇਹ ਅਸੀਂ ਇਹ ਇਕਨੋਮਿਕ ਫਾਰਵਰਡ ਦੂਜੀ ਜਿਹੜੀ ਹੈਗੀ ਆ ਇਹ ਸੁਜੈਸ਼ਨ ਅਸੀਂ ਲੈ ਰਹੇ ਹਾਂ ਦੂਏ ਤੋਂ ਵੀ ਅਸੀਂ ਕਿੱਦਾਂ ਗਾਹਾਂ ਮੂਹਰੇ ਮੂਵ ਕਰ ਸਕਦੇ ਹਾਂ। ਅਤੇ ਇਹ ਅਸਲ ਵਿੱਚ ਕੀ ਹੈਗਾ ਆ ਉਹਨੂੰ ਇਹ ਕਵਰ ਅਪ ਲਈ ਆ ਵੀ ਇੰਨੀ ਜਿਹੜੀ ਕੱਟ ਆਫ ਕਰਨਾ ਬਜਟ ਦਾ ਅਤੇ ਜਿਹੜਾ ਇਹਨਾਂ ਨੇ ਉਹ ਲੇ ਆਫਸ ਕੀਤੀਆਂ ਜਿਹੜੀਆਂ। ਸੋ ਉਹਨਾਂ ਦਾ ਆਹ ਤਰਕ ਸੀ ਇਹਦੇ ਪਿੱਛੇ। ਹੁਣ RCMP ਦੀ ਗੱਲ ਆ ਗਈ ਅਤੇ RCMP ਜਿਹੜੀ ਹੈਗੀ ਆ ਇਹ ਉਹਨਾਂ ਨੂੰ ਕਹਿ ਸਕਦੇ ਆ ਕਿ ਸਾਨੂੰ ਜਿਹੜੇ ਹੈਗੇ ਹੋਰ ਜਿਹੜੇ ਹੈਗੇ ਉਹ RCMP ਦੇ ਬੰਦੇ ਦੇਵੋ, ਪਰ ਫਿਰ ਉੱਥੇ ਜਿਹੜੇ RCMP ਦੇ ਜਿਹੜੇ ਬੰਦੇ ਹੋਰ ਆ ਗਏ
ਤੇ ਫਿਰ ਉਹ ਇਹਨਾਂ ਦੇ ਉੱਤੇ ਬਜਟ ਦੇ ਉੱਤੇ ਉਹ ਫਿਰ ਬਹੁਤ ਜ਼ਿਆਦਾ ਅਸਰ ਪੈਣਾ, ਤੇ ਜੇ ਇਹ ਕਹਿਣ ਅਸੀਂ ਆਪ ਕਰਨਾ ਜਾਂ ਤੇ ਇਹ ਕਹਿਣ ਕਿ ਅਸੀਂ ਜਿਹੜੀਆਂ ਉਹਨਾਂ ਦੀਆਂ ਤਨਖਾਹਾਂ ਘਟਾ ਦੇਣੀਆਂ, ਤੇ ਫਿਰ ਤੇ ਉਹ ਕੰਟਰੋਲ ਹੋ ਸਕਦਾ ਵੀ ਹਾਂ ਜੀ ਅਸੀਂ ਆਪਣੇ ਬੰਦੇ ਜ਼ਿਆਦਾ ਰੱਖ ਲਏ ਤੇ ਤਨਖਾਹਾਂ ਘਟਾ ਤੀਆਂ, ਉਹ ਤਾਂ ਇਹ ਤਨਖਾਹ ਦੀ ਤਾਂ ਕਿਤੇ ਗੱਲ ਹੀ ਨਹੀਂ ਕੀਤੀ। ਤੇ ਪੈਨਸ਼ਨ ਨੂੰ ਕਿਉਂ ਉਹ ਕਹਿ ਰਹੇ ਨੇ ਫੈਡਰਲ ਸਰਕਾਰ ਦੇ ਅੰਡਰ ਹੈ ਇਹ ਪੈਨਸ਼ਨ ਦਾ ਸਾਰਾ ਕੰਮ, ਤੇ ਇਸ ਵਿੱਚ ਕੀ ਦਿੱਕਤ ਆ ਰਹੀ ਹੈ ਅਲਬਰਟਨਸ ਨੂੰ? ਇਹਦੇ ਵਿੱਚ ਮੈਨੂੰ ਤਾਂ ਕੋਈ ਖਾਸ ਨਜ਼ਰ ਨਹੀਂ ਆਉਂਦਾ ਵੀ, ਮੈਂ ਤਾਂ ਕਹਿੰਦਾ ਵੀ ਜਿੰਨੇ ਵੀ ਕੋਈ ਅਲਬਰਟਨ ਹੈਗੇ ਆ, ਮੈਂ ਤਾਂ ਆਪ ਕਹੂੰਗਾ ਵੀ ਆਪਾਂ ਜਿਹੜੀ ਹੈਗੀ ਉਹ ਜੇ ਸੀ ਪੀ ਪੀ ਜਿਹੜੀ ਉਹ ਫੈਡਰਲ ਗੌਰਮੈਂਟ ਦੇ ਰਹੀ ਹੈ ਤੇ ਉਹ ਚੰਗੀ ਗੱਲ ਹੈ। ਪ੍ਰੋਵਿੰਸ ਲੈਵਲ ਕਿਵੇਂ ਚੰਗਾ ਕਿਉਂ ਹੈ? ਚੰਗਾ ਇਸ ਤਰ੍ਹਾਂ ਕਿ ਉਹ ਜਿਹੜਾ ਹੈਗਾ ਆਪਣਾ ਉਹ ਵੱਡਾ ਪੂਲ ਆ, ਉਹ ਵੱਡੇ ਪੂਲ ਦੇ ਵਿੱਚੋਂ ਤੁਹਾਨੂੰ ਪੈਸੇ ਆਉਣੇ ਜਿਹੜੇ ਹੈਗੇ ਉਹ ਸੌਖੇ ਆ, ਤੇ ਜਿਹੜਾ ਹੈਗਾ ਛੋਟਾ ਪੂਲ ਹੈਗਾ ਉਹਦੇ ਵਿੱਚੋਂ, ਕਿਉਂਕਿ ਮੈਨੇਜ ਕਰਨ ਨੂੰ ਤੁਹਾਨੂੰ ਉਨੇ ਬੰਦੇ ਉੱਥੇ ਚਾਹੀਦੇ ਆ, ਇੱਥੇ ਵੀ ਉਨੇ ਤੁਹਾਨੂੰ ਲਾਉਣੇ ਪੈਣਗੇ ਬੇਸ਼ੱਕ ਦੀ ਇਹ ਥੋੜ੍ਹੇ ਜਿਹਾ ਪੈਸਾ ਹੋਵੇ। ਤੇ ਕਿਤੇ ਅਜਿਹਾ ਨਾ ਹੋਵੇ ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਸਨੋਰੀਓ ਚੱਲ ਰਿਹਾ, ਰੋਬੋਟਾਂ ਦੇ ਵਿੱਚ ਲੇ ਆਫ ਕੀਤੀਆਂ ਜਾ ਰਹੀਆਂ ਨੇ, ਕੱਟਸ ਲਗਾਏ ਜਾ ਰਹੇ ਨੇ ਵੱਖੋ ਵੱਖ ਵਿਭਾਗ ਦੇ ਵਿੱਚ, ਤੇ ਜੇ ਪੈਨਸ਼ਨਾਂ ਦਾ ਇਹਨਾਂ ਦੇ ਕੋਲ ਆ ਜਾਂਦਾ ਤੇ ਫਿਰ ਕਿਤੇ ਇੱਥੇ ਵੀ ਨਾ ਆ ਰਿਹਾ ਚੱਲ ਜਾਵੇ ਪੈਨਸ਼ਨਾਂ ਦਾ? ਸਭ ਕੁਛ ਹੋ ਸਕਦਾ ਜੀ, ਸਭ ਕੁਛ ਪੋਸੀਬਲ ਹੈਗਾ, ਤੇ ਇਸੇ ਕਰਕੇ ਮੈਂ ਕਹਿ ਰਿਹਾ ਵੀ ਉਹ ਜਿਹੜੀ ਹੈਗੀ ਆ ਉਹ ਸੀ ਪੀ ਪੀ ਜਿਹੜੀ ਹੈਗੀ ਆ ਆਪਣਾ ਫੈਡਰਲ ਗੌਰਮੈਂਟ ਦਾ ਜੋ ਸਿਸਟਮ ਹੈਗਾ ਆ ਤੇ ਉਹ ਜਿਹੜਾ ਉਹ ਠੀਕ ਹੈ। ਤੇ ਜਿਸ ਤਰ੍ਹਾਂ ਨੈਨਸ਼ੀ ਉਹਨਾਂ ਨੇ ਬਿਆਨ ਦਿੱਤਾ ਹੈ, ਇੱਕ ਤਾਂ ਇਹ ਹੋ ਗਿਆ ਕਿ ਉਹਨਾਂ ਨੂੰ ਅਗਰ ਇਹ ਜੋ ਹਿੱਤਾਂ 'ਚ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਦੋ ਵਾਰੀ ਅਪਰੂਵਲ ਲੈਣੀ ਪੈਗੀ, ਪਹਿਲਾਂ ਸੂਬਾ ਸਰਕਾਰ ਤੋਂ ਫਿਰ ਫੈਡਰਲ ਸਰਕਾਰ ਤੋਂ, ਕੀ ਇਸੇ ਕਰਕੇ ਹਰਟ ਹੋਣਗੇ ਕੱਲ੍ਹ? ਇੱਕ ਤਾਂ ਇਹ ਹੋ ਗਿਆ, ਦੂਜਾ ਉਹ ਫਿਰ ਡੀਲ ਜਿਹੜੀ ਇਹ ਕਹਿ ਰਹੇ ਆ ਜੇ ਇਹਨਾਂ ਨੇ ਸਿੱਧੀ ਜਾ ਕੇ ਕੋਈ ਵੀ ਜਿਹੜੀ ਫੈਡਰਲ ਗੌਰਮੈਂਟ ਨੇ ਜਾ ਕੇ ਗੱਲ ਕਰਨੀ ਹੈ ਪ੍ਰੋਵਿੰਸ ਨੇ, ਤੇ ਉਹ ਇਹਨਾਂ ਨੂੰ ਨਹੀਂ ਕੰਸਲਟ ਕਰਦੇ, ਤੇ ਉਹਦਾ ਹੁਣ ਕੀ ਪਤਾ ਵੀ ਇਹਨਾਂ ਨੇ ਕਿਹੜੀ ਉਹ ਦੂਜੀ ਗੱਲ ਕਰਨੀ ਆ, ਕਰਕੇ ਕੀ ਆਉਣੀ ਆ, ਇਹ ਆਪਣੇ ਕੈਲਗਰੀ ਦੇ ਜਾਂ ਐਡਮੰਟਨ ਦੀ ਫੇਵਰ 'ਚ ਹੈਗੀ ਜਾਂ ਨਹੀਂ ਹੈਗੀ ਜੀ। ਸੋ ਦੋਸਤੋ, ਇਹ ਸੀ ਜੋ ਦੂਜਾ ਸੈਗਮੈਂਟ ਹੈ, ਉਸ ਦੇ ਵਿੱਚ ਜੋ ਅਲਬਰਟਾ ਫੇਅਰ ਡੀਲ ਹੈ ਇਸ ਨੂੰ ਲੈ ਕੇ ਜੋ ਨਹੀਂ ਨੈਨਸ਼ੀ ਦਾ ਬਿਆਨ ਆ ਰਿਹਾ ਉਸ ਦੇ ਬਾਰੇ ਵਿਚਾਰ ਚਰਚਾ, ਤੇ ਹੁਣ ਕਮਰਸ਼ੀਅਲ ਬ੍ਰੇਕ ਲੈਂਦੇ ਹਾਂ, ਵਾਪਸ ਆਉਂਦੇ ਹਾਂ ਅਗਲੇ ਸੈਗਮੈਂਟ 'ਚ ਕੁਛ ਹੋਰ ਨਵੇਂ ਟੌਪਿਕਸ ਦੇ ਨਾਲ ਵਿਚਾਰ ਚਰਚਾ ਲਈ।